ਓਏ ਉਲਟੜੀ ਚ ਗੈਸ ਬਣ ਗਈ ਓਏ ਮੂੜੀ ਵਾਲੇ ਪਰੌੜੇ ਖਾਣ ਨਾਲ ਹੋ ਹੀ ਜਾਂਦਾ ਹੁੰਦਾ ਯਾਰ ਫਿਰ ਭਰਤੀ ਆਰੇ ਦਿਨ ਕੀ ਕਰਾਂਗਾ ਓ ਯਾਰ ਮੈਂ ਸਿਕਿਉਰਿਟੀ ਗਾਰਡ ਬਣ ਜਾਊਗਾ ਓ ਭਾਈ ਆਪਾਂ ਤੋਂ ਨਹੀਂ ਵੱਜਿਆ ਜਾਂਦਾ ਇੱਕੇ ਕਿਹੜਾ ਲਾ ਟਿੱਕੀ ਖਵਾਉਂਗੀ ਉਹ ਸਤੀ ਖਵਾਏਂਗੀ ਓ ਮੈਨੂੰ ਤਾਂ ਕਿਸੇ ਨੇ ਸਿਕਿਉਰਿਟੀ ਗਾਰਡ ਵੀ ਨਹੀਂ ਰੱਖਿਆ ਓ ਕਹਿੰਦੇ ਤੂੰ ਤਾਂ ਆਪ ਹੀ ਚੋਰ ਲੱਗਦਾ ਜਦੋਂ ਸਿਕਿਉਰਿਟੀ ਗਾਰਡ ਆਣਦੇ ਹੱਥ ਖੜੇ ਕਰਤੇ ਉਦੋਂ ਮੈਂ ਸੋਚ ਲਿਆ ਵੀ ਮੈਂ ਹੁਣ ਦੁਬਾਰੀ ਨੂੰ ਪਟਾਕੇ ਵੇਚੂੰ ਦੇਖ ਟਿੱਕੀ ਦਾ ਨਾਮ ਸੁਣ ਕੇ ਕਿਵੇਂ ਭੱਜਣ ਲੱਗ ਗਿਆ ਬਠਾ ਕਿਹਨੇ ਕਿੱਥੇ ਆਉ ਇਹਦੇ ਚ ਪਟਾਕੇ ਕਿਵੇਂ ਚੱਲਣਗੇ ਓਏ ਉਸੜੀ ਵੀ ਲੱਗਦੀ ਆ ਪਟਾਕੇ ਵੀ ਨਹੀਂ ਵਿਕੇ ਇੱਕ ਦਿਨ ਘਰੋਂ ਫੋਨ ਆਇਆ ਹੈਲੋ ਓਏ ਤੇਰੇ ਸਾਰੇ ਪਟਾਕਿਆਂ ਨੂੰ ਅੱਗ ਲੱਗ ਗਈ ओए हूं मैं की काम करूंगा भाई पेटा कैड़ी बंदूक नाल दो अनार फ्री दे दे डिशके हूं डिशके हूं ये काम भी नहीं चलया हाय हाय हूं तेरा यार फिर मैं काम दी तलाश करने लग गया हूं उस तो बाद आपा माली का काम स्टार्ट करता कहा किधरों बढ़ना वा कि दिहाड़ी मिलेगी जी ढाई सौ ਭਾਈ ਗੋਲਫਾ ਖੇਡਣ ਚ ਬੜਾ ਮਜ਼ਾ ਆਉਂਦਾ ਕੰਮ ਡੰੜੀ ਤਲਵਾਰ ਦੇ ਨਾਲ ਕੀ ਦੱਸਾਂ ਯਾਰ ਜਦੋਂ ਮੈਂ ਮੱਲੀ ਦੇ ਕੰਮ ਤੇ ਗਿਆ ਉਹਨਾਂ ਨੇ ਮੈਨੂੰ ਕਹਾ ਵੱਡੀ ਡੰੜੀ ਤਲਵਾਰ ਫੜਾਤੀ ਤਲਵਾਰ ਤਾਂ ਮੈਂ ਕਦੇ ਚਲਾਈ ਨਹੀਂ ਸੀ ਮੈਂ ਤਾਂ ਆਸ-ਪਾਸੇ ਚੱਕਣ ਲੱਗ ਗਿਆ ਉਤਰ ਕੀ ਦੇਖੀ ਜਾਨਾ ਉਹ ਐਂ ਕਰੂ ਦਾਤੀ ਦੇ ਦੋ ਬੱਸ ਫਿਰ ਮੈਂ ਸਮਝ ਗਿਆ ਸੀ ਵੀ ਮੈਨੂੰ ਹੁਣ ਕੋਈ ਹੋਰ ਕੰਮ ਲੱਭਣਾ ਪਊ ਰੰਬਾ ਆਏਗਾ ਹੂੰ ਹੂੰ ਵਾਪਸ ਫਿਰ ਉਸ ਤੋਂ ਬਾਅਦ ਜਦੋਂ ਮੈਂ ਕਰੇ ਵਾਪਸ ਜਾ ਰਿਹਾ ਸੀਗਾ ਉਦੋਂ ਮੈਨੂੰ ਰਸਤੇ ਵਿੱਚ ਇੱਕ ਕੁੜੀ ਮਿਲੀ ਉਸ ਦੇ ਕੋਲ ਬਹੁਤ ਹੀ ਕੈਂਟ ਗੱਡੀ ਸੀ ਤੇ ਮੈਂ ਉਸ ਨੂੰ ਕਿਹਾ ਮੈਨੂੰ ਝੂਟੇ ਦੇ ਦੇ ਗੱਡੀ ਚ ਫਿਰ ਉਸ ਨੇ ਕਿਹਾ ਝੂਟੇ ਤਾਂ ਮੜ ਜਾਣਗੇ ਪਰ ਬਦਲੇ ਚ ਗੱਡੀ ਧੋਣੀ ਪੈਣੀ ਆ ਧੋਏਗਾ ਹੈ ਤੇ ਮੈਂ ਉਹਦੀ ਸ਼ਰਤ ਮੰਨ ਲਈ ਝੂਟੇ ਲੈਣ ਦੇ ਟਾਈਮ ਮੈਂ ਉਹਨੂੰ ਆਪਦੀ ਬੇਰੋਜ਼ਗਾਰੀ ਯਾਰੀ ਕਹਾਣੀ ਸੁਣਾਈ ਉਹਨੂੰ ਵੀ ਮੇਰੇ ਤੇ ਤਰਸ ਆ ਗਿਆ ਫੇਰ ਉਹਨੇ ਤਰਸ ਕੇ ਮੈਨੂੰ ਫਰੀ ਚ ਗੋਲੀ ਯਾਰਾ ਬੱਤਾ ਪੜਾਇਆ ਹੂੰ